हेलो एवरीवन वेलकम हियर ऑल इन योर ओन चैनल लर्न एवरीथिंग सो ਅੱਪਾ ਕਰੀ ਸਿ ਫਿਜ਼ਿਕਸ ਦਾ ਇਲੈਕਟ੍ਰਿਸਿਟੀ ਐਂਡ ਮੈਗਨੇਟਿਜ਼ਮ ਜਿਹਦੇ ਵਿੱਚ ਜੋ ਸਿਲੇਬਸ ਦੇ ਵਿੱਚ ਆਪਾਂ ਕੈਲਕੂਲਸ ਆਫ ਵੈਕਟਰ ਕਾਫੀ ਖਤਮ ਕਰ ਲਿਆ ਹੈਗਾ ਸੋ ਨੈਕਸਟ ਸਿਲੇਬਸ ਦੇ ਵਿੱਚ ਜੋ ਮੈਂਸ਼ਨ ਹੈਗਾ ਥੈਟ ਇਜ਼ ਇਲੈਕਟ੍ਰਿਕ ਚਾਰਜ ਇਟਸ ਪ੍ਰੋਪਰਟیز ਐਂਡ ਕੋਲਮਸ ਲਾ ਠੀਕ ਹੈ ਅਸੀਂ ਇਸ ਵੀਡੀਓ ਦੇ ਵਿੱਚ ਇਹ ਖਤਮ ਕਰਾਂਗੇ ਇਲੈਕਟ੍ਰਿਕ ਚਾਰਜ ਉਹਦੀਆਂ ਪ੍ਰੋਪਰਟیز ਉਹਦੇ ਨਾਲ ਦੇ ਆਪਾਂ ਨਮੈਰੀਕਲ ਕਰਾਂਗੇ ਦੈਨ ਕੋਲਮ ਲਾ ਵੀ ਦੇਖਾਂਗੇ ਉਹਦੇ ਵੀ ਨਮੈਰੀਕਲ ਕਰਦੇ ਆ ਠੀਕ ਹੈ ਸੋ ਬਹੁਤ ਈਜ਼ੀ ਟਾਪਿਕ ਹੈਗਾ ਇਲੈਕਟ੍ਰਿਕ ਚਾਰਜ ਫਸਟ ਆਫ 올 ਵਾਟ ਇਜ਼ ਦ ਇਲੈਕਟ੍ਰਿਕ ਚਾਰਜ ਨਥਿੰਗ ਇਟ ਇਜ਼ ਅ ਫਿਜ਼ੀਕਲ ਪ੍ਰੋਪਰਟੀ ਆਫ ਦਿ ਮੈਟਰ ਠੀਕ ਹੈ ਇਸੇ ਵੀ ਮੈਟਰ ਦੀ ਇੱਕ ਫਿਜ਼ੀਕਲ ਪ੍ਰੋਪਰਟੀ ਹੈ ਦੈਟ ਕਾਜ਼ ਇਟ ਟੂ ਐਕਸਪੀਰੀਅੰਸ ਅ ਫੋਰਸ ਮਤਲਬ ਇੱਕ ਫੋਰਸ ਐਕਸਪੀਰੀਅੰਸ ਹੁੰਦਾ ਜਦੋਂ ਉਹਨੂੰ ਤੁਸੀਂ ਪਲੇਸ ਕਰਦੇ ਆ ਇਨ ਦਾ ਇਲੈਕਟ੍ਰੋਮੈਗਨੇਟਿਕ ਫੀਲਡ ਠੀਕ ਹੈ ਮਤਲਬ ਇੱਕ ਉਹਨिक्की ਫਿਜ਼ੀਕਲ ਪ੍ਰੋਪਰਟੀ ਹੈ ਮਤਲਬ ਜਿਹਦੇ ਕਰਕੇ ਕੋਈ ਇੱਕ ਫੋਰਸ ਐਕਸਪੀਰੀਅੰਸ ਕਰੇਗਾ ਜਦੋਂ ਉਹਨੂੰ ਤੁਸੀਂ ਮੈਗਨੇਟਿਕ ਫੀਲਡ ਦੇ ਇਲੈਕਟ੍ਰੋਮੈਗਨੇਟਿਕ ਫੀਲਡ ਦੇ ਵਿੱਚ ਰੱਖੋਗੇ ਦੋ ਤਰ ਪੋਜ਼ਿਟਿਵ ਚ ਆਪਾਂ ਪ੍ਰੋਟੋਨ ਕਹਿੰਨੇ ਆ ਦੂਸਰੇ ਚ ਮਤਲਬ ਕਾਮਨਲੀ ਕੈਰੀਡ ਬਾਈ ਪ੍ਰੋਟੋਨ ਤੇ ਇਲੈਕਟ੍ਰੋਨ ਠੀਕ ਹੈ ਲਾਈਕ ਚਾਰजेस ਸਾਨੂੰ ਪਤਾ ਇੱਕ ਦੂਜੇ ਨੂੰ ਹਮੇਸ਼ਾ ਰਿਪੈਲ ਕਰਦੇ ਸੇਮ ਸੇਮ ਚਾਰजेस ਇੱਕ ਦੂਜੇ ਨੂੰ ਧੱਕਾ ਮਾਰਦੇ ਨੇ ਰਿਪੈਲ ਕਰਦੇ ਆ ਜਿਹੜੇ ਅਨਲਾਈਕ ਲਾਈਕ ਪੋਜ਼ਿਟਿਵ 네ਗੇਟਿਵ ਆ ਉਹ ਇੱਕ ਦੂਜੇ ਨੂੰ ਕੀ ਕਰਨਗੇ ਅਟਰੈਕਟ ਕਰਨਗੇ ਇਹ ਤਾਂ ਕਲੀਅਰ ਸੋ ਕਲੀਅਰ ਹੋ ਗਿਆ ਇਲੈਕਟ੍ਰਿਕ ਚਾਰਜ ਫਸਟ ਆਫ ਅਲ ਕੀ ਇਟ ਇਜ਼ ਨਥਿੰਗ ਇਟ ਇਜ਼ ਅ ਫਿਜ਼ੀਕਲ ਪ੍ਰੋਪਰਟੀ ਆਫ ਦਾ ਮੈਟਰ ਥੈਟ ਕਾਜ਼ ਇਟ ਉਨਕਾਜ਼ ਕਰਦੀ ਹੈ ਕਿ ਐਕਸਪੀਰੀਅੰਸ ਕਰੇ ਕੋਈ ਫੋਰਸ ਜੇ ਦੋਨੋਂ ਅਸੀਂ ਪਲੇਸ ਕਰਾਂਗੇ ਇੰਦਾ ਇਲੈਕਟ੍ਰੋਮੈਗਨੇਟਿਕ ਫੀਲਡ ਦੋ ਤਰ੍ਹਾਂ ਦੇ ਹੁੰਦੇ ਪੋਜ਼ਿਟਿਵ 네ਗੇਟਿਵ ਕਾਮਨਲੀ ਕੈਰੀਡ ਹੁੰਦੇ ਬਾਈ ਦੀ ਪ੍ਰੋਟੋਨ ਐਂਡ ਇਲੈਕਟ੍ਰੋਨ ਤੇ ਲਾਈਕ ਚਾਰजेस ਇੱਕ ਦੂਜੇ ਨੂੰ ਲਾਈਕ ਪੋਜ਼ਿਟਿਵ ਪੋਜ਼ਿਟਿਵ ਇੱਕ ਦੂਜੇ ਨੂੰ ਰਿਪੈਲ ਕਰਨਗੇ 네ਗੇਟਿਵ 네ਗੇਟਿਵ ਇੱਕ ਦੂਜੇ ਨੂੰ ਰਿਪੈਲ ਕਰਨਗੇ ਬਟ ਆਪੋਜ਼ਿਟ ਚਾਰजेस ਹਮੇਸ਼ਾ ਇੱਕ ਦੂਜੇ ਨੂੰ ਅਟਰੈਕਟ ਕਰਨਗੇ ਨੈਕਸਟ ਇਹਦੀਆਂ ਕੁਝ ਪ੍ਰੋਪਰਟੀਆਂ ਹੈਗੀਆਂ ਪਹਿਲੀ ਤਾਂ ਉਹ ਹੈ ਲਾਈਕ ਚਾਰजेस ਰਿਪੈਲੈਂਟ ਅਨਲਾਈਕ ਅਟਰੈਕਟ ਦੂਸ ਠੀਕ ਹੈ ਐਡੀਟਿਵ ਜਿੱਦਾਂ +2 +5 5 +2 ਕਿੰਨਾ ਹੋ ਗਿਆ ਠੀਕ ਹੈ -3 ਸੋ 5 +2 7 7 -3 +4 ਯਾਨੀ ਐਡੀਟਿਵ ਨੇਚਰ ਦੇ ਹੈਗੇ ਤੁਸੀਂ ਐਡ ਕਰ ਸਕਦੇ ਹੋ ਇਹ ਵੈਰੀ ਇੰਪੋਰਟੈਂਟ ਪ੍ਰੋਪਰਟੀ ਇਹਦੀ ਹੈਗੀ ਚਾਰਜ ਇਸ ਕਵਾਂਟਾਈਜ਼ਡ ਜਿਹੜੀ ਸਭ ਤੋਂ ਦਾ ਇੰਪੋਰਟੈਂਟ ਪ੍ਰੋਪਰਟੀ ਹੈਗੀ ਹੈ ਠੀਕ ਹੈ ਕਵਾਂਟਾਈਜ਼ਡ ਜਿੱਦਾਂ ਹੈਗਾ ਇਹਨੂੰ ਅਸੀਂ ਐਕਸਪਲੈਕ ਕਰ ਸਕਦੇ ਹਾਂ ਇਨ ਦਾ ਇੰਟੀਗਰਲ ਮਲਟੀਵਲ ਫੰਡਮੈਂਟਲ ਇਲੈਕਟ੍ਰੋਨਿਕ ਚਾਰਜ ਯਾਨੀ Q n e ਮਤਲਬ ਕਵਾਂਟਾਈਜ਼ਡ ਹੈ ਕਿਸੇ ਬਾਡੀ ਦੇ ਵਿੱਚ ਮੈਂ ਚਾਰਜ ਦੇਖਣਾ ਕਿਸੇ ਬਾਡੀ ਦੇ ਵਿੱਚ ਕਿੰਨਾ ਚਾਰਜ ਆ ਆਪਾਂ ਕਲਰ ਚੇਂਜ ਕਰਦੇ ਹਾਂ ਠੀਕ ਹੈ ਕਿਸੇ ਬਾਡੀ ਚ ਚਾਰਜ ਦੇਖਣਾ ਜੇ ਉਹਦੇ ਵਿੱਚ 100 ਇਲੈਕਟ੍ਰੋਨਸ ਆਏਗੇ ਨਾ ਆਪਾਂ ਕਹਾਂਗੇ ਤੇ ਚਾਰਜ ਕਿੰਨਾ ਆ ਪਲੱਸ ਮਾਈਨਸ 100 ਇਲੈਕਟ੍ਰੋਨ ਯਾਨੀ ਇਹ ਪਲੱਸ ਦੇ ਕਾਰਨ ਆ ਜਾਂਦੇ ਤੇ ਪ੍ਰੋਟੋਨ ਆਗੇ ਨਾ ਪਲੱਸ ਲਵਾਂਗੇ ਇਲੈਕਟ੍ਰੋਨਸ ਲਈ ਮਾਈਨਸ ਯਾਨੀ ਕਿ ਕਿੰਨੇ ਇਲੈਕਟ੍ਰੋਨ ਟ੍ਰਾਂਸਫਰ ਹੁੰਦੇ ਆ ਕਿੰਨੇ ਆਉਂਦੇ ਆ ਜੇ ਡਿਪੈਂਡ ਉਹ ਤੇ ਚਾਰਜ ਜਿਹੜਾ ਡਿਪੈਂਡ ਕਰੇਗਾ ਨੰਬਰ ਆਫ ਇਲੈਕਟ੍ਰੋਨਸ ਤੇ ਡਿਪੈਂਡ ਕਰੇਗਾ ਨਾ ਸੋ ਪਲੱਸ ਆਫ ਪਲੱਸ ਮਾਈਨਸ ਐਨ ਕਿੰਨੇ ਦੇ 1 2 3 ਕਿੰਨੇ ਵੀ ਹੋ ਸਕਦੇ ਨੇ ਇਹ ਮਤਲਬ ਇੱਕ ਇਲੈਕਟ੍ਰੋਨ ਦੀ ਕਿੰਨਾ ਚਾਜ ਆ ਜਾਏਗਾ 1.6 10^-19 ਠੀਕ ਹੈ ਯਾਨੀ ਕਿ ਇਟ ਕੈਨ ਬੀ ਐਕਸਪਰੈਸਡ ਇੰਟੀਗਰਲ ਮਲਟੀਪਲ ਆਫ ਫੰਡਮੈਂਟਲ ਇਲੈਕਟ੍ਰੋਨਿਕ ਚਾਰਜ ਇਲੈਕਟ੍ਰਿਕ ਚਾਰਜ ਇਸ ਇਨ ਅ ਡਿਸਕਰੀਟ ਪੈਕੇਟ ਰੈਦਰ ਦਨ ਅ ਕੰਟੀਨਿਊਸ ਅਮਾਉਂਟ ਇਹ ਇਹੀ ਕਹਿਣਾ ਚਾਹੁੰਦਾ ਕੁਆਂਟਾਈਜ਼ਡ ਕਨਜ਼ਰਵ ਅਲਜੈਬਰਿਕ ਸਮ ਆਫ ਪੋਜ਼ਿਟਿਵ ਐਂਡ ਨੈਗੇਟਿਵ ਚਾਰਜ ਕਿਸੇ ਵੀ ਆਈਸੋਲੇਟਡ ਸਿਸਟਮ ਚ ਕਨਸਟੈਂਟ ਹੀ ਰਹਿੰਦਾ ਹੈ ਜਿੱਦਾਂ ਗਲਾਸ ਰੋਡ ਨੂੰ ਰਗ ਕਰਦੇ ਸਿਲਕ ਨਾਲ ਨੈਗੇਟਿਵ ਚ ਜਿਹੜੀ ਗਲਾਸ ਰੋਡ ਹੈ ਨਾ ਉਹਨੂੰ ਤੁਸੀਂ ਰੱਬ ਕਰੋ ਸਿਲਕ ਦੇ ਨਾਲ ਤੇ 네ਗੇਟਿਵ ਚਾਰਜ ਆ ਜਾਏਗਾ ਸਿਲਕ ਤੇ ਤੇ ਉਨਾ ਹੀ ਪੋਜ਼ਿਟਿਵ ਚ ਆ ਜਾ ਜਾਏਗਾ ਗਲਾਸ ਤੇ ਸੋ ਨੈਟ ਚਾਰਜ ਦੋਨੇ ਸਿਸਟਮ ਦਾ ਕੀ ਰਿਹਾ ਜ਼ੀਰੋ ਰਿਹਾ ਨਾ ਬਿਫੋਰ ਰਬਿੰਗ ਐਂਡ ਆਫਟਰ ਰਬਿੰਗ ਯਾਨੀ ਕਿ ਇਹ ਜਿਹੜਾ ਕਨਜ਼ਰਵ ਰਹਿੰਦਾ ਠੀਕ ਹੈ ਇਟ ਡਸ ਨੋਟ ਚੇਂਜ ਵਿਦ ਵੈਲੋਸਿਟੀ ਆਲਸੋ ਵੈਲੋਸਿਟੀ ਨਾ ਵੀ ਚੇਂਜ ਨਹੀਂ ਹੁੰਦਾ ਜੇ ਨੈਟ ਉਹਦੇ ਤੇ ਸੇਮ ਰਹੇਗਾ ਯਾਨੀ ਕਨਜ਼ਰਵ ਰਹੇਗਾ ਇਹ ਪ੍ਰੋਪਰਟੀਆਂ ਆ ਸਿਲੇਬਸ ਦੇ ਵਿੱਚ ਸਪੈਸ਼ਲੀ ਲਿਖਿਆ ਹੋਇਆ ਹੈ ਇਹਨੀਆਂ ਪ੍ਰੋਪਰਟੀਆਂ ਸੋ ਨੈਕਸਟ ਆਪਾਂ ਦੇਖਦੇ ਹਾਂ ਕੂਲਮ ਲਾ ਫੋਰਸ ਕੂਲਮ ਨੇ ਕੀ ਕਿਹਾ ਦ ਫੋਰਸ ਆਫ ਅਟਰੈਕਸ਼ਨ অর ਰਿਪਲਸ਼ਨ ਬਿਟਵੀਨ ਟੂ ਪੁਆਇੰਟ ਚਾਰजेस ਕਿ ਦੋ ਜਿਹੜੇ ਪੁਆਇੰਟ ਚਾਰजेस ਹੈਗੇ ਨੇ ਇਹਨਾਂ ਦੇ ਵਿੱਚਕਾਰ ਫੋਰਸ ਆਫ ਅਟਰੈਕਸ਼ਨ ਯਾਂ ਰਿਪਲਸ਼ਨ ਯਾਨੀ ਤੁਹਾਨੂੰ ਪਤਾ ਹੀ ਹੈ ਜੇ ਸੇਮ ਚਾਰजेस ਹੋਣਗੇ ਰਿਪੈਲ ਕਰਨਗੇ ਓਪੋਜ਼ਿਟ ਹੋਣਗੇ ਤੇ ਅਟਰੈਕਟ ਕਰਨਗੇ ਯਾਨੀ ਕਿ ਇਹਨਾਂ ਵਿੱਚ ਜਿਹੜਾ ਵੀ ਯਾਂ ਫੋਰਸ ਆਫ ਅਟਰੈਕਸ਼ਨ ਹੈ ਯਾਂ ਰਿਪਲਸ਼ਨ ਹੈ ਉਹ ਕੀ ਹੋਏਗਾ ਫਸਟ ਤੌਰ 'ਤੇ ਗੱਲ ਕੀ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗਾ ਪ੍ਰੋਡਕਟ ਆਫ ਮੈਗਨੀਟਿਊਡ ਆਫ ਚਾਰਜ ਇਹ ਵਾਲੀ ਗੱਲ ਇਟ ਡਾਇਰੈਕਟਲੀ ਪ੍ਰੋਪੋਰਸ਼ਨਲ ਕੀ ਹੋਣਾ ਉਹਨਾਂ ਦੋਨਾਂ ਚਾਰਜ ਦੇ ਮੈਗਨੀਟਿਊਡ ਦਾ ਪ੍ਰੋਡਕਟ ਦੇ ਕਲੀਅਰ ਦੂਸਰਾ ਇਨਵਰਸਲੀ ਪ੍ਰੋਪੋਰਸ਼ਨਲ ਟੂ ਸਕੁਅਰ ਆਫ ਡਿਸਟੈਂਸ ਬਿਟਵੀਨ ਥੈਮ ਜਿਹੜਾ ਇਹਨਾਂ ਵਿਚਕਾਰਲਾ ਡਿਸਟੈਂਸ ਹੈਗਾ ਨਾ r ਉਦੇ ਸਕੁਅਰ ਕਰ ਦੋ ਤੇ ਉਹਦਾ ਇਨਵਰਸਲੀ ਪ੍ਰੋਪੋਰਸ਼ਨਲ ਹੋਏਗਾ ਯਾਨੀ ਉਹਦੇ ਡਾਇਰੈਕਟਲੀ ਨਹੀਂ ਹੋਏਗਾ ਹੁਣ ਇਹਦਾ ਮਤਲਬ ਕੀ ਹੁੰਦਾ ਡਾਇਰੈਕਟਲੀ ਤੇ ਇਨਡਾਇਰੈਕਟਲੀ ਦਾ ਯਾਨੀ ਕਿ ਡਾਇਰੈਕਟਲੀ ਮਤਲਬ ਕਿ ਜੇ ਮੈਗਨੀਟਿਊਡ ਵਧੇਗਾ ਨਾ ਤੇ ਫੋਰਸ ਵੀ ਕਰੇਗਾ ਵਧੇਗਾ ਇਨਵਰਸਲੀ ਦਾ ਮਤਲਬ ਜੇ ਡਿਸਟੈਂਸ ਵਧੇਗਾ ਨਾ ਤੇ ਫੋਰਸ ਘਟੇਗਾ ਯਾਨੀ ਚਾਰਜ ਜੇ ਤੁਸੀਂ ਦੂਰ ਲੈ ਕੇ ਜਾਓਗੇ ਇਹਨਾਂ ਵਿਚਕਾਰ ਫੋਰਸ ਕੀ ਕਰੇਗਾ ਘਟੇਗਾ ਪਰ ਜੇ ਚਾਰਜ ਦਾ ਤੁਸੀਂ ਮੈਗਨੀਟਿਊਡ ਵਧਾਓਗੇ ਠੀਕ ਹੈ ਜਿਆਦਾ ਮੈਗਨੀਟਿਊਡ ਦੇ ਚਾਰਜ ਲਾਓਗੇ ਉਹਨਾ ਫੋਰਸ ਉਹਨਾਂ ਚ ਆਬਵੀਅਸਲੀ ਕੀ ਹੋਣਾ ਜ਼ਿਆਦਾ ਹੋਣਾ ਕਹਿੰਦ ਮਤਲਬ ਇਹ ਥੋੜਾ ਸਿਗਨੀਫਿਕੈਂਸੀ ਉਹਦਾ ਆਪਾਂ ਨਾਲ ਨਾਲ ਦੇਖੀਏ ਠੀਕ ਹੈ ਥੋੜਾ ਮਤਲਬ ਵੀ ਉਹਨਾਂ ਦਾ ਨਾਲ ਨਾਲ ਆਪਾਂ ਕਲੀਅਰ ਕਰਨਾ ਹੈ ਸੋ ਇੱਥੇ ਸਾਡੇ ਕੋਲ ਪ੍ਰੋਪੋਰਸ਼ਨੈਲਿਟੀ ਦੋਨਾਂ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਦੇ ਇਨਵਰਸਲੀ ਆ ਗਿਆ ਅਸੀਂ ਇਹਨੂੰ ਇੱਕ ਜਗ੍ਹਾ ਲਿਖ ਲਿਆ ਆ ਗਿਆ q1 q2 r² ਪ੍ਰੋਪੋਰਸ਼ਨੈਲਿਟੀ ਆ ਕੇ ਸਾਡੇ ਕੋਲ ਬਰਾਬਰ ਤੇ ਕਨਸਟੈਂਟ ਆ ਗਿਆ k k ਇਸ ਦਾ ਪ੍ਰੋਪੋਰਸ਼ਨੈਲਿਟੀ ਕਨਸਟੈਂਟ ਜੇ ਮੈਂ ਵੈਕਟਰ ਫਾਰਮ ਚ ਲਿਖਣਾ ਹੋਵੇ ਨਾਲ ਡਾਇਰੈਕਸ਼ਨ ਦੱਸ ਦੂੰਗੀ ਨਾਲ ਕੀ ਆ ਜਾਏਗਾ r ਕੈਪ ਬਾਅਦ ਤੁਸੀਂ ਉਹਦੀ ਵੈਲਿਊ ਪ ਦਿਨ ਵੈਲਿਊ ਆਫ ਕੇ ਡਿਪੈਂਡ ਅਪ ਓਨ ਦਾ ਚੋਇਸ ਆਫ ਸਿਸਟਮ ਐਂਡ ਨੇਚਰ ਆਫ ਮੀਡੀਅਮ ਕਿਦਾਂ ਦੇ ਚੋਇਸ ਸਿਸਟਮ ਜਿਹੜਾ ਚੋਇਸ ਆਫ ਸਿਸਟਮ ਕਿਦਾਂ ਦਾ ਸਿਸਟਮ ਲਿਆ ਤੁਸੀਂ ਉਸ ਜਿਸ ਮੀਡੀਅਮ ਚ ਉਹਨਾਂ ਨੂੰ ਚਾਰजेस ਨੇ ਰੱਖਿਆ ਕਿਦਾਂ ਦਾ ਮੀਡੀਅਮ ਹੈਗਾ ਉੱਤੇ ਡਿਪੈਂਡ ਕਰਦਾ ਕਿ ਸੀਜੀਐਸ ਸਿਸਟਮ ਦੇ ਵਿੱਚ ਕੇ ਇਕਵਲ ਟੂ 1 ਅਪ ਓਨ ਕੇ ਵਿਜ਼ ਕੇ ਇਜ਼ ਦਾ ਡਾਇਲੈਕਟ੍ਰਿਕ ਕਨਸਟੈਂਟ ਆਫ दैट ਮੀਡੀਅਮ ਜਿਹਦਾ 에ਅਰ ਦੇ ਵਿੱਚ ਆਪਾਂ ਡਾਇਲੈਕਟ੍ਰਿਕ ਕਨਸਟੈਂਟ 1 ਲੈਨੇ ਆ ਠੀਕ ਹੈ ਸੋ ਜੇ 1 ਲਵਾਂਗੇ ਤੇ 에ਅਰ ਦੇ ਕੇਸ ਚ ਜਦੋਂ ਕੇ ਦੀ ਵੈਲਿਊ 1 ਆ ਗਈ ਤਾਂ ਸਾਡੇ ਕੋਲ ਕਿੰਨਾ ਹੋ ਜਾਏਗਾ ਇਹ ਵਾਲੀ ਚੀਜ਼ ਆ ਜਾਏਗੀ ਬਟ ਇਨ ਕੇਸ ਆਫ ਐਸਆਈ ਸਿਸਟਮ ਇਹ ਸਾਡੇ ਕੋਲ ਹੁੰਦਾ ਕੇ ਦੀ ਵੈਲਿਊ 1/4 ਪਾਈ ਐਪਸਾਈਲਨ 0 ਨਾਲ ER ਵਟ ਇਜ਼ ਦਾ ਐਪਸਾਈਲਨ 0 ਇਟ ਇਜ਼ ਦਾ ਪਰਮਿਟਿਵਿਟੀ ਆਫ ਦਾ ਫਰੀ ਸਪੇਸ ਐਂਡ E ਇਜ਼ ਦਾ ਰੈਲੇਟਿਵ ਪਰਮਿਟਿਵਿਟੀ ਆਫ दैट మీడియం ਇਹ మీడియం ਦੀ ਹੋਏਗੀ ਉਹ ਫਰੀ ਸਪੇਸ ਦੀ ਹੋਏਗੀ ਠੀਕ ਹੈ ਦੀ ਵੈਲਿਊਜ਼ ਜਿਹੜਾ ਯਾਦ ਰੱਖਣਾ ਹੋ ਸਕਦਾ ਪੇਪਰ ਚ ਪੁੱਛ ਲੈਣ ਠੀਕ ਹੈ ਸੋ ਇਹ ਵੈਲਿਊ ਪਾ ਪੁੱਟ ਕਰਦਨੇ ਆ 4c ਇਕੁਅਲ ਟੂ ਜੇ ਮੀਡੀਅਮ ਦੀ ਗੱਲ ਆ ਤੇ ਇਥੇ ਕੇ ਦੀ ਵੈਲਿਊ 1/4πε0r^2q1q2/r^2 ਇਅਰ ਐਂਡ ਵੈਕਿਊਮ ਦੇ ਕੇਸ ਚ ਇਅਰ ਰ 1 ਹੋ ਜਾਂਦਾ ਤਾਂ ਅਸੀਂ ਇਹੀ ਮੇਨ ਫਾਰਮੂਲਾ ਲੈ ਕੇ ਚੱਲਦੇ ਆ ਜਦੋਂ ਤੁਸੀਂ ਵੈਲਿਊ ਪੁੱਟ ਕਰੋਗੇ 4π ਦੀ 2/7 ε0 ਦੀ ਇਹ ਵਾਲੀ ਵੈਲਿਊ ਪੁੱਟ ਕਰੋਗੇ ਇਹ ਸਾਰੀ ਵੈਲਿਊ ਜਰ ਪੁੱਟ ਕਰੋਗੇ ਆਏਗਾ 9 10^9 ਠੀਕ ਹੈ ਇਹ ਸਾਰਾ ਪੁੱਟ ਕਰਕੇ ਯਾਨੀ ਕਿ ਮੇਨ ਫਾਰਮੂਲਾ ਤੁਸੀਂ ਯਾਦ ਰੱਖ ਸਕਦੇ ਇਨ ਕੇਸ ਆਫ ਇਅਰ ਐਂਡ ਵੈਕਿਊਮ f 9 10^9 q1 q2 upon r square kyunki assi edein numerical vi solve karne hai ki na fir sanu utthe helpful hoega unit of charge cgs system te si system dekho cgs de vich ta ki karde ha ap unit of electric charges 1 esu aur ennu ap start coulomb vi keh dende ha jithe force 1 dyn hunda radius 1 cm hunda q1 q2 uh, is equal to q lene hai and k is equal to kinna lene hai ap 1 ਠੀਕ ਹੈ ਤਾਂ ਤੇ ਸਾਡੇ ਕੋਲ ਕੀ ਹੋ ਜਾਂਦਾ 1 e s u ਇਹ ਪੁੱਛਿਆ ਜਾ ਸਕਦਾ ਯਾਨੀ ਕਿ ਚਾਰਜ ਨੂੰ ਅਸੀਂ 1 e s u ਕਦੋਂ ਕਹਾਂਗੇ ਜੇ ਇਕੁਅਲ ਦੇ ਓਪੋਜ਼ਿਟ ਚਾਰजेस ਪਲੇਸ ਹੋਣ ਕਿ ਐਟ ਡਿਸਟੈਂਸ ਆਫ 1 ਸੈਂਟੀਮੀਟਰ ਕਿੰਨੇ ਡਿਸਟੈਂਸ ਤੇ 1 ਸੈਂਟੀਮੀਟਰ ਇਨ ਏਰੋ ਵੈਕਿਊਮ ਕਿਉਂਕਿ ਕੀ ਦੀ ਵੈਲਿਊ 1 ਲਈ ਹੈ ਠੀਕ ਹੈ ਅਟਰੈਕਟ ਈਚ ਅਦਰ ਵਿਦ ਦਾ ਫੋਰਸ ਆਫ ਕਿੰਨੇ ਫੋਰਸ ਨਾਲ 1 ਡਾਇਨ ਸਿਜੀਐਸ ਤੇ ਫੋਰਸ ਦੇ ਯੂਨਿਟ ਡਾਇਨ ਹੀ ਹੁੰਦੇ ਵੈਸੇ ਵੀ ਐਸ ਆਈ ਦੇ ਵਿੱਚ ਆਪਾਂ ਚੇਂਜ ਕਰ ਦਨੇ ਠੀਕ ਹੈ ਨਿਊਟਨ ਨਾਲ ਲੈਨੇ ਦੇਖੋ ਐਸ ਆਈ ਦੇ ਵਿੱਚ ਇਨੂੰ ਆਪਾਂ ਕੂਲਮ ਲੈਂਦੇ ਹੁਣ ਇਹੀ ਚੱਲਨੇ ਸਾਡੇ ਕੋਲ ਜ਼ਿਆਦਾ ਐਸਆਈ ਸਿਸਟਮ ਹੀ ਚੱਲਦਾ ਹੈ ਸੀਜੀਐਸ ਦੇ ਵਿੱਚ ਆਪਾਂ ਈਐਸਯੂ ਲਿਆ ਐਸਆਈ ਚ ਕਿ ਲਈ ਆਪਾਂ ਕੂਲਮ ਯਾਨੀ ਕਿ ਇੱਕ ਅਸੀਂ ਚਾਰਜ ਕਦੋਂ ਕਵਾਂਗੇ ਇੱਕ ਕੂਲਮ ਦਾ ਜਦੋਂ ਉਹ ਕਿੰਨਾ ਫੋਰਸ ਲਾਂਦਾ 9 ਟੂ 10 ਪਾਵਰ 9 ਨਿਊਟਨ ਠੀਕ ਹੈ ਜੇ ਦੋਨੋਂ ਆਪਾਂ 1 ਮੀਟਰ ਦੇ ਡਿਸਟੈਂਸ ਰੱਖਿਆ ਠੀਕ ਹੈ ਸੈਂਟੀਮੀਟਰ ਸੀ ਇੱਥੇ 1 ਮੀਟਰ ਤੇ ਉੱਥੇ ਫੋਰਸ ਕਿੰਨਾ ਸੀਗਾ ਡਾਇਨ ਇੱਥੇ 9 ਟੂ 10 ਪਾਵਰ 9 ਨਿਊਟਨ ਇਹ ਪੁੱਛਿਆ ਜਾਂਦਾ ਕਿਹ ਵਾਰੀ ਠੀਕ ਹੈ ਕਿ ਕਿੰਨਾ ਫੋਰਸ ਐਗਜ਼ਰਟ ਕਰਦਾ ਇੱਕ ਕੂਲਮ ਚਾਰਜ ਇਹ ਬਹੁਤ ਵਾਰੀ ਪੁੱਛਿਆ ਵੀ ਜਾਂਦਾ ਬਹੁਤ ਸਾਰੇ ਪੀਪਰਸ ਦੇ ਵਿੱਚ ਨੈਕਸਟ ਹੈਗਾ ਰਿਲੇਸ਼ਨ ਬੀਟਵੀਨ ਕੂਲਮ ਐਂਡ ਸਟੈਟ ਕੂਲਮ ਹੁਣ ਇਹਨਾਂ ਦੋਨਾਂ ਦਾ ਆਪਸ ਵਿੱਚ ਰਿਲੇਸ਼ਨ ਕੀ ਹੈ ਦੇਖੋ ਫੋਰਸ ਕੀ ਹੈ 9, 10. 9, 1. 9 10 9 1 ਜਦੋਂ ਨਾ ਪਹਿਲਾਂ ਦੀ ਡੈਫੀਨੀਸ਼ਨ ਦੇਖ ਲੈਣ ਲੈਟ ਟੂ ਚਾਰजेस ਆ ਇੱਕ 1 ਕੂਲਮ ਉਹਨਾਂ ਨੂੰ ਆਪਾਂ ਰੱਖਿਆ ਆ 1 ਮੀਟਰ ਦੇ ਡਿਸਟੈਂਸ ਦੇ ਨਾਲ ਠੀਕ ਹੈ ਫੋਰਸ ਅਸੀਂ ਕਰ ਲੈ 9 10 9 1.1 1 ਸੌਰੀ 1.1 ਹੀ ਦੋਨੇ ਚਾਰਜ 1 ਕੂਲਮ ਦੇ ਹੈਗੇ 1 1, 1 q1 q2 ਹੁੰਦਾ ਨਾ نیچے ਡਿਸਟੈਂਸ ਵੀ 1 ਹੈਗਾ 1 ਦਾ ਸਕਰ 1 ਹੀ ਰਹੇਗਾ ਸੋ 9 10 9 ਜਿਹਨੂੰ ਆਪਾਂ ਡਾਇਨ ਚ ਕਨਵਰਟ ਕਰਨਾ ਹੈ ਉਹ 10 ਟੈਂਸ ਪਾਵਰ 14 ਕਿਉਂ ਕਿ ਇੱਕ ਨਿਊਟਨ ਦੇ ਵਿੱਚ ਕਿੰਨੇ ਡਾਇਨ ਹੁੰਦੇ ਹੈ ਟੈਂਸ ਪਾਵਰ 5 ਡਾਇਨ ਹੁੰਦੇ ਹੈ ਇੱਕ ਨਿਊਟਨ ਚ ਕਿੰਨੇ ਡਾਇਨ ਹੁੰਦੇ 10 ਦੀ ਪਾਵਰ 5 ਡਾਇਨ ਇਸ ਲਈ ਜਦੋਂ ਆਪਾਂ ਟੈਂਸ ਪਾਵਰ 5 ਇੱਥੇ ਕਰਾਂਗੇ 9 ਤੇ 5 ਕਿੰਨਾ ਆ ਜਾਏਗਾ 14 ਸੋ 1 ਕੋਲਮ ਇਸ ਇਕੁਅਲ ਟੂ ਐਂਡ ਸਟੈਟ ਕੋਲਮ ਲੈਟ ਮੰਨੇ ਆਪਾਂ ਠੀਕ ਹੈ ਫਿਰ 1 ਜਿਹੜਾ ਆਪਾਂ ਫੋਰਸ ਕਰਨਾ ਬਿਟਵੀਨ ਦਾ ਅਵਰਬ ਚੇਂਜ ਇਨ ਦਾ ਸੀਜੀਐਸ ਅਸੀਂ ਉਹ ਐਨ ਇੰਟੂ ਐਨ ਕਰ ਦਿੱਤਾ ਠੀਕ ਹੈ ਇਹ 100 n2 10 4 ਦੋਨੇ ਇਕੁਏਸ਼ਨ ਨੂੰ ਕਲੀਅਰ ਕਰਾਂਗੇ ਤੇ ਸਾਡੇ ਕੋਈ ਰਿਲੇਸ਼ਨ ਆ ਜਾਏਗਾ ਤੁਸੀਂ ਬਸ ਜਿਹੜਾ ਡਾਇਰੈਕਟ ਰਿਲੇਸ਼ਨ ਯਾਦ ਕਰਨਾ 1 ਕੂਲਮ ਦੇ ਵਿੱਚ 3 10 9 1 ਕੂਲਮ ਇਕੁਅਲ ਟੂ 3 10 9 ਸਟੈਟ ਕੂਲਮ ਦੇ ਬਰਾਬਰ ਹੁੰਦਾ ਇਹ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈਗਾ ਕਲੀਅਰ ਜੋ ਡਾਇਰੈਕਟ ਰਿਲੇਸ਼ਨ ਨੈਕਸਟ ਹੈ ਬਹੁਤ ਸੌਖੀ ਕੁਐਸਚਨ ਆ ਗਿਆ ਵਟ ਰਿਪਲਸਿਵ ਕੂਲਮ ਫੋਰਸ ਕਿੰਨਾ ਫੋਰਸ ਐਫ ਪੁੱਛਿਆ ਬਿਟਵੀਨ ਟੂ ਪ੍ਰੋਟੋਨ ਪ੍ਰੋਟੋਨ ਦੀ ਗੱਲ ਹੋ ਰਹੀ ਹੈ ਚਾਰਜ ਸਾਨੂੰ ਪਤਾ 1.6 ਇੰਟੂਸ ਮਾਈਨਸ 19 ਠੀਕ ਹੈ ਪਤਾ ਹੁੰਦਾ ਹੈ ਆਫ nucleus of iron assume separation ਵਿੱਚ ਡਿਸਟੈਂਸ ਵੀ ਦੇ ਦਿੱਤਾ ਸਾਰਾ ਕੁਝ ਤਾਂ ਦੇ ਦਿੱਤਾ ਇਹਦੀ ਵੈਲਿਊ ਸਾਨੂੰ ਪਤਾ 9 ਟ੍ਰਾਂਸਫਰ ਮਾਈਨਸ 9 ਦੋਨੇ ਚਾਰजेस ਵੀ ਦੇ ਦਿੱਤੇ ਡਿਸਟੈਂਸ ਵੀ ਦੇ ਦਿੱਤਾ ਫੋਰਸ ਕੱਢ ਲਓ ਫਾਰਮੂਲਾ ਪਤਾ ਹੋਣਾ ਚਾਹੀਦਾ ਤੁਹਾਨੂੰ ਹਾਊ ਫਾਰ ਸ਼ੁੱਡ ਦ ਟੂ ਪ੍ਰੋਟੋਨ ਮਤਲਬ ਕਿੰਨੀ ਦੂਰੀ ਤੇ ਦੋ ਪ੍ਰੋਟੋਨ ਰੱਖਿਆ ਜਾਵੇ ਕਿ ਜਿਹੜਾ ਇਲੈਕਟ੍ਰਿਕ ਫੋਰਸ ਜਿਹੜਾ ਇਕੁਅਲ ਟੂ ਹੋ ਜਾਵੇ ਇਹਨਾਂ ਦੇ weight ਦੇ ਯਾਨੀ ਹੁਣ ਫੋਰਸ ਕੀ ਹੁੰਦਾ ਇਹ ਵਾਲਾ 1/4πεਸਿਲਨ ਨੋਟ q1 q2 ਸਕੁਅਰ ਯਾਨੀ ਇੱਥੇ ਦੋਨੀ e e ਲੈ ਲਏ ਆਪਾਂ e ਦਾ ਸਕੁਅਰ ਕਿਉਂਕਿ ਦੋਨੀ ਪ੍ਰੋਟੋਨ ਹੈਗੇ ਨੇ ਆਪਾਂ ਡਿਸਟੈਂਸ ਦਾ ਸਕੁਅਰ ਬਟ ਜਿਹੜਾ ਫੋਰਸ f i ਇਕੁਅਲ ਟੂ ਕਿਹਨਾਂ ਦਾ weight weight ਕੀ ਹੈ ਫੋਰਸ ਵਿੱਚ weight ਕਿਹਨਾਂ ਦਾ mg ਪੜਿਆ ਤੁਸੀਂ weight ਦਾ ਫਾਰਮੂਲਾ mg ਠੀਕ ਹੈ ਬਸ ਇਹਦੇ ਵੈਲਿਊਸ ਪੁੱਟ ਕਰ ਦੋ ਇਹਦੀ ਵੈਲਿਊ 9 ਟੈਂਸ ਪਾਵਾਂ ਨਾ ਇਲੈਕਟ੍ਰੋਨ ਦੇ ਪਤਾ ਹੀ ਹੈ ਚਾਰਜ ਕਿੰਨਾ ਹੁੰਦਾ ਆ ਡਿਸਟੈਂਸ ਜਿਹੜਾ ਆ ਡਿਸਟੈਂਸ ਇਹਨਾਂ ਨੇ ਸਾਨੂੰ ਦਿੱਤਾ ਹੋਇਆ ਹਾਊ ਫਾਰ ਪੁੱਛਣਾ ਡਿਸਟੈਂਸ ਤੋਂ ਨਹੀਂ ਪੁੱਛਿਆ ਹੋਇਆ ਨਾ ਉਹ ਤਾਂ ਅਸੀਂ ਫਾਈਂਡ ਆਊਟ ਕਰਨਾ ਐਮ ਮਾਸ ਸਾਨੂੰ ਪਤਾ ਹੈ ਇਹਦਾ ਪ੍ਰੋਟੋਨ ਦਾ ਕਿੰਨਾ ਹੁੰਦਾ ਗ੍ਰੈਵਿਟੀ ਵੀ ਸਾਨੂੰ ਪਤਾ ਕਿੰਨੀ ਲੈਣ 9.8 वैल्यूज पुट करके आंसर आ जाएगा नेक्स्ट देखो कैलकुलेट द टोटल पॉजिटिव और नेगेटिव चार्ज ऑन द थ्री पॉइंट इलेवन ग्राम कॉपर पैनी गिव एवोगेडरो नंबर पॉइंट जीरो टू ट्वेंटी थ्री अटोमिक नंबर ऑफ कॉपर इज ट्वेंटी नाइन एटॉमिक नंबर मास ऑफ द कॉपर वो भी दिता हुआ देखो मास दिता होी पॉइंट इलेवन ग्राम ठीक है तो ऑटोमिक नंबर दिता ट्वेंटी नाइन मास नंबर कि थ्री पॉइंट 5 ਤੇ ਆਵੋ ਗੈਰੂ ਨੰਬਰ ਵੀ ਦਿੱਤਾ ਸਭ ਤੋਂ ਪਹਿਲਾਂ ਅਸੀਂ ਨੰਬਰ ਆਫ ਐਟਮ ਕੱਢ ਲੈਨੇ ਉਹ ਕੀ ਆ ਜਾਏਗਾ ਅਵੋਗੈਡਰੋ ਨੰਬਰ ਅਪੋਨ ਮਾਸ ਨੰਬਰ ਇੰਟੂ ਇਹਦਾ ਗਿਵਨ ਮਾਸ ਤਦਾਨੂੰ ਠੀਕ ਹੈ ਇਹ ਸਾਰੇ ਕਰਕੇ ਅਸੀਂ ਕੱਢ ਲੈ ਫਾਈਂਡ ਆਊਟ ਕਰ ਲੈ ਕਿੰਨੇ ਨੰਬਰ ਆਫ ਐਟਮ ਹੈਗੇ ਆ ਦੇਖੋ ਹੁਣ ਆਪਾਂ ਕੀ ਕੀਤਾ ਨੰਬਰ ਆਫ ਪ੍ਰੋਟੋਨ ਔਰ ਇਲੈਕਟ੍ਰੋਨ ਇਨ ਦਾ ਕਾਪਰ ਕਰ ਲੈ ਕਿੰਨੇ ਹੋਣਗੇ ਜਿਨ੍ਹਾਂ ਦਾ ਐਟੋਮਿਕ ਨੰਬਰ ਹੋਏਗਾ ਉਨੇ ਹੋਣਗੇ ਨਾ ਐਟੋਮਿਕ ਨੰਬਰ ਕਰ ਦਿੱਤਾ ਐਟੋਮਿਕ ਨੰਬਰ ਕਿੰਨੇ ਆ 2.95 10 ਪਾਵਰ ਸੌਰੀ 29 ਸੀਗਾ ਤੁਹਾਡੇ ਕੋਲ ਐਟੋਮਿਕ ਨੰਬਰ ਠੀਕ ਹੈ ਤੇ n n ਦੀ ਵੈਲਿਊ ਆਪਾਂ ਕਰ ਲਈਏ ਨੰਬਰ ਆਫ ਐਟਮ ਉਹ ਆਪਾਂ ਕਰ ਲਵਾਂਗੇ ਨਾ ਹੁਣੇ ਚ ਕਿੰਨੇ ਨੰਬਰ ਆਫ ਪ੍ਰੋਟੋਨ ਹੈਗੇ ਠੀਕ ਹੈ ਸੋ ਆਪਾਂ ਵੈਲਿਊ ਫਾਈਂਡ ਆਊਟ ਕਰ ਲਈ ਸੋ ਉਸ ਤੋਂ ਬਾਅਦ ਟੋਟਲ ਪੋਜ਼ਿਟਿਵ 네ਗੇਟਿਵ ਪਤਾ ਹੈ q ne n ਸਾਡੇ ਕੋਲ ਨਿਕਲਾ ਆ ਨੰਬਰ ਆਫ ਪ੍ਰੋਟੋਨ ਜਾਂ ਇਲੈਕਟ੍ਰੋਨ ਸਾਨੂੰ ਪਹਿਲਾਂ ਐਟਮ ਪਤਾ ਲੱਗ ਗਿਆ ਨਾ ਤੇ ਸਾਨੂੰ اٹੋਮਿਕ ਨੰਬਰ ਵੀ ਪਤਾ ਸੀਗਾ اٹੋਮਿਕ ਨੰਬਰ 29 ਸੀਗਾ ਸੋ ਆਪਾਂ ਇਹ q ਕਰ ਲਿਆ ਇੱਦਾਂ ਨੈਕਸਟ ਆ ਗਿਆ ਟੂ ਇਕੁਅਲ ਚਾਰजेस ਪਲੇਸ ਕੀਤੇ ਗਏ 에ਅਰ ਦੇ ਵਿੱਚ ਠੀਕ ਹੈ ਜੀ ਡਿਸਟੈਂਸ ਕਿੰਨੇ ਚ ਰੱਖਿਆ 2 ਮੀਟਰ ਦਾ ਰਿਪੈਲ ਕਰਦੇ ਹੋ ਇੰਨੀ ਫੋਰਸ ਦੇ ਨਾਲ ਕੈਲਕੂਲੇਟ ਕਰਨਾ ਚਾਰजेस ਦਾ ਮੈਗਨੀਟਿਊਡ ਦੋਨੇ ਚਾਰਜ ਇਕੁਅਲ ਹੈਗੇ ਨੇ Q ਦੇ ਬਰਾਬਰ ਵਾਲੇ ਫੋਰਸ ਦਿੱਤਾ ਹੈ kgf ਤੋਂ ਨਿਊਟਨ ਇਹਨੂੰ ਆਪਾਂ ਕਨਵਰਟ ਕਰ ਲੈ 9.8 ਨਾਲ ਮਲਟੀਪਲਾਈ ਕਰਕੇ ਡਿਸਟੈਂਸ ਦਿੱਤਾ ਸਾਰੀਆਂ ਵੈਲਿਊਜ਼ ਇੱਚ ਪੁੱਟ ਕਾ ਦਿਓ ਅਨਸਰ ਆ ਜਾਏਗਾ ਕੁਝ ਔਖਾ ਨਹੀਂ ਹੈਗਾ ਨੈਕਸਟ ਆਇਗਾ ਯਾ ਦਾ ਇਲੈਕਟ੍ਰੋਸਟੈਟਿਕ ਫੋਰਸ ਆਫ ਰਿਪਲਸਨ f ਦਿੱਤਾ ਤੁਹਾਨੂੰ ਵਿੱਚ ਡਿਸਟੈਂਸ ਦਿੱਤਾ ਐਂਗਸਟ੍ਰੋਮ ਐਂਗਸਟ੍ਰੋਮ ਨੂੰ ਮੀਟਰ ਚ ਕਨਵਰਟ ਕਰ ਲੈ 10^-10 ਹੁੰਦਾ ਜੇ ਦਾ ਮਾਈਕਰੋ ਹੋਵੇ ਤਾਂ 10^-6 ਹੁੰਦਾ ਨਾ ਇਦਾਂ ਪੀਕੋ ਹੋਵੇ ਤਾਂ 10 ਪਰ ਮਾਈਨਸ 12 ਹੁੰਦਾ ਸੋ ਇੱਥੇ ਸਾਨੂੰ ਐਂਗਸਟਰਮ ਦਿੱਤਾ ਹੋਇਆ ਦੋਨੀ ਚਾਰजेस ਆ ਹਾਊ ਮੈਨੀ ਇਲੈਕਟ੍ਰੋਨਸ ਆਰ ਮਿਸਿੰਗ ਕਿੰਨੇ ਇਲੈਕਟ੍ਰੋਨ ਪੁੱਛ ਰਿਹਾ ਮਿਸ ਹੋ ਰਿਹਾ ਇੱਥੋਂ ਠੀਕ ਹੈ ਹੁਣ ਸਾਨੂੰ ਪਤਾ q ਚਾਰਜ ਹੁੰਦਾ ਪਰ ਉਹ ਨੰਬਰ ਆਫ ਇਲੈਕਟ੍ਰੋਨ q = +n ਨਹੀਂ ਵੀ ਪੜਿਆ q = ne ਪੜਿਆ ਕਿ ਨਹੀਂ ਸੋ q ਜਗ੍ਹਾ ਨੇ ne ਲਿਖਤਾ ਇੱਥੇ ਬਸ ਉੱਪਰ ਸਕੁਅਰ ਐਜ਼ ਇਟ ਇਸ ਹੈਗਾ ਕਿਉਂਕਿ ਦੋਨੇ ਚਾਰजेस ਸੇਮ ਹੈਗੇ ਨੇ ਐਨ ਅਸੀਂ ਫਾਈਂਡ ਆਊਟ ਕਰਨਾ ਹੀ ਵੈਲਿਊ ਸਾਨੂੰ ਪਤਾ ਡਿਸਟੈਂਸ ਵੀ ਉਹਨੇ ਪ੍ਰੋਵਾਈਡਡ ਸੀਗਾ ਇਹ ਸਾਨੂੰ ਪਤਾ ਹੈ e ਇਲੈਕਟ੍ਰੋਨ ਤੇ ਚਾਰਜ ਕਿੰਨਾ ਹੁੰਦਾ ਉਹ ਵੀ ਪਤਾ ਹੈ ਠੀਕ ਹੈ ਪ੍ਰੋਟੋਨ ਜੇ ਇਲੈਕਟ੍ਰੋਨ ਤੇ ਸੀਮ ਚਾਰਜ ਫੋਰਸ ਸਾਨੂੰ ਪ੍ਰੋਵਾਈਡਰ ਨੰਬਰ ਆਫ ਇਲੈਕਟ੍ਰੋਨ ਤੇ ਕਿੰਨੇ ਆਗੇ 2 ਨੈਕਸਟ ਇੱਕ ਪੋਲੀਥੀਨ ਦਾ ਪੀਸ ਨੂੰ ਰਬ ਕੀਤਾ ਗਿਆ ਵੂਲ ਨਾਲ ਤੇ ਫਾਊਂਡ ਕੀਤਾ ਗਿਆ ਕਿ ਨੈਗੇਟਿਵ ਚਾਰਜ ਹੋ ਤੇ ਕਿੰਨਾ ਆ ਗਿਆ 3 ਇਟੂ 10 ਪਾਵਰ ਮਾਈਨਸ 7 ਯਾਨੀ ਚਾਰਜ ਦੇ ਦਿੱਤਾ ਕਿੰਨੇ ਇਲੈਕਟ੍ਰੋਨ ਟ੍ਰਾਂਸਫਰ ਹੋਏ ਸਾਨੂੰ ਪਤਾ Q ਕੀ ਹੁੰਦਾ NE E ਸਾਨੂੰ ਪਤਾ ਆ ਚਾਰਜ ਬਣੇ ਦੇ ਦਿੱਤਾ N ਅਸੀਂ ਕਰਨਾ ਯਾਨੀ ਕੀ ਬਣ ਜਾਏਗਾ Q E Q ਸਾਨੂੰ ਦਿੱਤਾ ਹੈ E ਸਾਨੂੰ ਪਤਾ ਹੈ ਹਮੇਸ਼ਾ ਕਿੰਨਾ ਹੁੰਦਾ ਇਲੈਕਟ੍ਰੋਨ ਦੀ ਗੱਲ ਕੀਤੀ ਹੈ -1.6 ਇਟੂ 10^-19 ਸੋ ਇਦਾਂ ਤੁਹਾਨੂੰ ਸਿੰਪਲ ਜ ਰਾਪ ਡਲ ਹੋ ਜਾਣਗੇ ਬਾਕੀ ਕਾਲਣਾ ਜੇ ਵੀਡੀਓ ਪਸੰਦ ਆ ਲਾਈਕ ਐਂਡ ਕਮੈਂਟ ਕਰਕੇ ਜਰੂਰ ਦੱਸਣਾ ਥੈਂਕਸ ਫॉर ਵਾਚਿੰਗ